ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਉੱਪਰ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕਸਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਜ਼ਮੀਨੀ ਪੱਧਰ 'ਤੇ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ। ਗੜਸ਼ੰਕਰ ਦੇ ਨੰਗਲ ਰੋਡ 'ਤੇ ਪਿੰਡ ਸਦਰਪੁਰਾ ਦਾ ਜਦੋਂ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਗਿਆ ਤਾਂ ਕੰਢੀ ਕਨਾਲ ਨਹਿਰ ਦੇ ਨਜ਼ਦੀਕ 15 ਏਕੜ ਦੇ ਕਰੀਬ 10 ਤੋਂ 15 ਫੁੱਟ ਤੱਕ ਦੀ ਨਜਾਇਜ਼ ਮਾਈਨਿੰਗ ਕੀਤੀ ਹੋਈ ਹੈ, ਜਿਸ ਕਾਰਨ ਪਿੰਡ ਸਦਰਪੁਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੋਂ ਦੇ ਵਾਸੀਆਂ ਦਾ ਦੋਸ਼ ਹੈ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ ਵਿਭਾਗ ਕੁੰਭਕਰਨੀ ਦੀ ਨੀਂਹ ਸੁੱਤਾ ਪਿਆ ਹੈ। ਹੁਣ ਆ ਜਿਹੜੀਆਂ ਨਾਲ ਨਾਲ ਸਦਰਪੁਰ ਦੇ ਨਾਲ ਪਹਾੜੀਆਂ, ਰਾਮਪੁਰ ਬਿਲਡ ਦੇ ਨਾਲ ਨਾਲ ਪਹਾੜੀਆਂ, ਜਿੰਨਾ ਇਹ ਉੱਪਰਲਾ ਏਰੀਆ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਆ। ਜੰਗਲ ਵੱਢੇ ਜਾ ਰਹੇ ਆ, ਪਹਾੜੀਆਂ ਕੱਟੀਆਂ ਜਾ ਰਹੀਆਂ, ਟਿੱਪਰ ਜਿਹੜੇ ਆ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਆ, ਜਿੱਥੇ ਸੜਕਾਂ ਤਬਾਹ ਹੋ ਰਹੀਆਂ, ਨਹਿਰ ਦੀਆਂ ਪੱਟੜੀਆਂ ਤਬਾਹ ਹੋ ਰਹੀਆਂ, ਤੇ ਜੰਗਲ ਜਿਹੜੇ ਆ ਜਿਹੜੇ ਜੰਗਲਾਂ 'ਚ ਰਹਿੰਦੇ ਜਾਨਵਰ ਵਾ ਉਹ ਵੀ ਥੱਲੇ ਨੂੰ ਆਪਣਾ ਵਾਸਾ ਕਰ ਰਹੇ ਆ, ਥੱਲੇ ਨੂੰ ਆ ਰਹੇ ਆ ਪਲੈਨ ਏਰੀਏ 'ਚ। ਪਰ ਸਰਕਾਰਾਂ ਜਿਹੜੇ ਪਹਿਲਾਂ ਕਾਂਗਰਸ ਅਕਾਲੀ ਜੋ ਕੁਛ ਕਰਦੇ ਸੀ ਇਹ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਇਹ ਉਹੀ ਕੰਮ ਭ੍ਰਿਸ਼ਟਾਚਾਰ ਜਿਹੜਾ ਹੈ ਗੈਰ ਕਾਨੂੰਨੀ ਮਾਈਨਿੰਗ 'ਚ ਤੇਜ਼ ਹੋਇਆ, ਅੱਗੇ ਨਾਲ ਵੀ ਵਧਿਆ ਆ। ਇਸ ਕਰਕੇ ਜਿਹੜੀਆਂ ਪਹਾੜੀਆਂ ਕੁਦਰਤੀ ਸੋਮੇ ਆ, ਜਿਹੜੇ ਲੋਕ ਵਪਾਰੀ ਜਿਹੜੇ ਸਰਕਾਰਾਂ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ, ਇਹ ਗੈਰ ਕਾਨੂੰਨੀ ਮਾਈਨਿੰਗ ਬੰਦ ਹੋਣੀ ਚਾਹੀਦੀ ਆ। ਜੰਗਲ ਬਚਣੇ ਚਾਹੀਦੇ ਆ, ਵਾਤਾਵਰਨ ਤਾਂ ਹੀ ਬਚੇਗਾ ਜਿਹੜੇ ਹੜ੍ਹ ਵਾ ਇਹ ਤਾਂ ਹੀ ਰੋਕੇ ਜਾ ਸਕਦੇ ਆ ਜੇ ਪਹਾੜ ਰੋਕਣਗੇ, ਪਹਾੜਾਂ ਦੀ ਕਟਾਈ ਵਢਾਈ ਜਿਹੜੀ ਇਹ ਰੁਕੇਗੀ। ਇਸ ਕਰਕੇ ਇਹ ਸਰਕਾਰਾਂ ਵੀ ਪਹਿਲੀਆਂ ਸਰਕਾਰਾਂ ਨੂੰ ਵੀ ਨਿਖੇਧ ਸਾਬਤ ਹੋਈਆਂ, ਇਹ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ, ਟਿੱਪਰ ਚੱਲ ਰਹੇ ਆ, ਇਹ ਤੁਰੰਤ ਬੰਦ ਕਰਨੇ ਚਾਹੀਦੇ ਆ। ਜੇ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਾਂਗਰ ਭ੍ਰਿਸ਼ਟਾਚਾਰ ਕਰਕੇ ਇਹ ਬੇਈਮਾਨੀ ਕਰਕੇ ਇਹ ਜੰਗਲ ਵਢਾਣੇ ਆ, ਪਹਾੜ ਕੁਤਰ ਹੋਣੇ ਆ ਤੇ ਗੈਰ ਕਾਨੂੰਨੀ ਮਾਈਨਿੰਗ ਹੋਣੀ ਆ, ਇਹ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਲੜਾਂਗੇ, ਅਸੀਂ ਜਿਹੜੇ ਕੁਦਰਤੀ ਸੋਮੇ ਉਹਨਾਂ ਦੀ ਰਾਖੀ ਕਰਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵੀ ਵਿੱਢਾਂਗੇ। ਉਧਰ ਜਦੋਂ ਇਸ ਸੰਬੰਧੀ ਜੇਈ ਅਨਮੋਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੰਨਿਆ ਕਿ ਪਿੰਡ ਸਦਰਪੁਰਾ ਦੇ ਵਿੱਚ 15 ਏਕੜ ਦੇ ਕਰੀਬ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੋਈ ਹੈ, ਜਿਸ ਸੰਬੰਧੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਇੱਥੋਂ ਲੋਕਲ ਖਬਰ ਮਿਲੀ ਸੀਗੀ ਜੀ, ਪੱਤਰਕਾਰ ਸਾਹਿਬ ਦਾ ਵੀ ਫੋਨ ਆਇਆ ਸੀ ਸਾਨੂੰ ਕਿ ਪਿੰਡ ਸਦਰਪੁਰ ਵਿਖੇ ਮਾਈਨਿੰਗ ਚੱਲ ਰਹੀ ਹੈ ਜੀ, ਅਤੇ ਉਸ ਤੋਂ ਬਾਅਦ ਆਪਾਂ ਮੌਕੇ 'ਤੇ ਜਾ ਕੇ ਜੀ ਵਿਜ਼ਿਟ ਵੀ ਕੀਤਾ, ਮੌਕੇ 'ਤੇ ਜਾ ਕੇ ਆਪਾਂ ਉਹਦਾ ਸਾਈਡ ਦਾ ਜਾਇਜ਼ਾ ਲਿਆ, ਅਤੇ ਹੁਣ ਉੱਥੇ ਸਾਨੂੰ ਮੌਕੇ 'ਤੇ ਫਿਲਹਾਲ ਕੋਈ ਮਸ਼ੀਨਰੀ ਵਗੈਰਾ ਨਹੀਂ ਮਿਲੀ, ਅਤੇ ਇਸ ਲਈ ਹੁਣ ਆਪਾਂ ਆਪਣੇ ਰੈਵੈਨਿਊ ਡਿਪਾਰਟਮੈਂਟ ਵੱਲੋਂ ਉਹਦੀ ਮਾਲਕੀ ਜ਼ਮੀਨ ਮਾਲਕੀ ਦੇ ਡਿਟੇਲਸ ਕਢਾ ਕੇ ਉਹ 'ਤੇ ਬਣ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜੀ। ਤਕਰੀਬਨ ਕਿੰਨੇ ਖੇਤਾਂ ਦੇ ਵਿੱਚ ਹੋਈ ਹੈ ਇਹ? ਤਕਰੀਬਨ ਜੀ ਉੱਦਾਂ ਉੱਚੀ ਨੀਵੀਂ ਜ਼ਮੀਨ ਕਰਕੇ ਅੰਦਾਜ਼ਾ ਲਾਉਣਾ ਔਖਾ, ਬਟ ਤਕਰੀਬਨ 8 ਤੋਂ 10 ਦੇ ਨੇੜੇ ਹੋ ਸਕਦੀ ਹੈ ਉਹ ਜ਼ਮੀਨ ਜੀ, ਅਤੇ ਕਿੱਲਿਆਂ 'ਚ ਹਾਂਜੀ ਕਿੱਲਿਆਂ ਦੇ ਵਿੱਚ ਉਹ 8 ਤੋਂ 10 ਕਿੱਲਿਆਂ ਦੇ ਨੇੜੇ ਹੋ ਸਕਦੀ ਹੈ ਜ਼ਮੀਨ। ਅਤੇ ਜਿੱਦਾਂ ਹੀ ਆਪਣੇ ਕੋਲ ਰੈਵੈਨਿਊ ਡਿਪਾਰਟਮੈਂਟ ਦੀਆਂ ਡਿਟੇਲਸ ਆਉਂਦੀਆਂ ਨੇ ਆਪਾਂ ਉਹ ਡਿਟੇਲਸ ਦੇ ਬਿਹਾਫ 'ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿਆਂਗੇ ਜੀ।